भी आ गई। पंजाब दे पटियाला च सनसनी खेज वारदात हुई है। एक पासे गणतंत्र दिवस की परेड हो रही थी ते दूसरे पासे पुलिस नूं फोन ते सूचना मिली कि कत्ल हो गया। पुलिस की टीम मौके ते पहुंची ते पड़ताल शुरू हुई। दस्या जा रहा कि ट्रक यूनियन दे नाल काम करने वाले एक नौजवान का कत्ल कर दिता गया है। इस कत्ल की की वजह इसकी पड़ताल जारी है। फिलहाल पुलिस का कहना कि यह कत्ल आपसी लड़ाई च होया जापता क्योंकि तेजधार हथियारों दे नाल कई वार किए गए ने। फिलहाल पुलिस ने इस मुकदमे दे विच आरोपियों की पाल शुरू कर दी है। दैनिक मेल पंजाबी टीवी दे पटियाला तो जसप्रीत सिंह दी रिपोर्ट। सानू जदों असीं इतला मिली है थोड़ी देर पहले ही इतला मिली 26 जनवरी का फंक्शन सीगा परेड वगैरह तो बाद असीं इमीडिएटली सानू कॉल जी आई जिस पता लग्या कि एक पूरे जिहड़ी हैगी है लाश पई है घर दे विच। तुरंत जिहड़ी कार्रवाई करदे मौके दे उत्ते अरबन सेठ थाणा दी पुलिस साडे SHO साहब ते मैं इत्थे आ गया। इत्थे आ के असीं वेरीफाई कीता तां इह जिहड़ा हैगा मनी खान नाम दा युवक है उहदी डेड बॉडी है। ਤਾਂ ਉਹ ਜੋ ਉਹਦਾ ਕਤਲ ਹੋਇਆ ਜੋ ਮੌਕੇ ਤੋਂ ਪਤਾ ਲੱਗ ਰਿਹਾ ਉਹਦੇ ਤੇਜ਼ਧਾਰ ਹਥਿਆਰ ਨਾਲ ਉਹਦੇ 'ਤੇ ਵਾਰ ਕੀਤੇ ਗਏ ਨੇ। ਉਸ ਸੰਬੰਧੀ ਹੁਣ ਜਿਹੜੀ ਹੈਗੀ ਅਗਲੀ ਪੜਤਾਲ ਜਿਹੜੀ ਹੈਗੀ ਹੈ ਅਸੀਂ ਕਰ ਰਹੇ ਹਾਂ। ਹੁਣ ਇਹਦੇ 'ਤੇ FIR ਉਹਦੇ ਬ੍ਰਦਰ ਦੇ ਉਹਦਾ ਬਿਆਨ ਦੇ ਰਿਹਾ ਜਿਹੜਾ ਬ੍ਰਦਰ ਹੈ ਉਹਦੇ ਬੇਸਿਸ ਦੇ ਉੱਤੇ FIR ਲੌਜ ਕਰਕੇ ਅਸੀਂ ਜਿਹੜੀ ਹੈਗੀ ਅਗਲੀ ਤਫਤੀਸ਼ ਹੈ ਜਿਹੜੀ ਉਹ ਅਮਲ 'ਚ ਲਿਆਵਾਂਗੇ ਅਤੇ ਜਲਦ ਤੋਂ ਜਲਦ ਜਿਹੜੇ ਕਾਤਲਾਂ ਨੂੰ ਅਰੈਸਟ ਕੀਤਾ ਜਾਏਗਾ। ਕਿੰਨੀ ਕੁ ਉਮਰ ਸੀਗੀ ਇਹਦੀ? ਇਹਦੀ ਜੋ ਦੇਖਣ ਤੋਂ ਲੱਗ ਰਿਹਾ ਸੀ 20-25 ਸਾਲ ਦੇ ਕਰੀਬ। ਮਨੀ ਖਾਨ ਕੀ ਕੰਮ ਕੀ ਕਰਦਾ ਸੀ ਭਾਈ ਕੁਝ ਪਤਾ ਲੱਗਿਆ? ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ ਜੀ। ਵੈਸੇ ਜੋ ਪਤਾ ਲੱਗਿਆ ਮੋਟੇ ਤੌਰ ਦੇ ਉੱਤੇ ਟਰੱਕ ਯੂਨੀਅਨ ਦੇ ਵਿੱਚ ਕਿਤੇ ਇਹ ਜਾਂਦਾ ਸੀਗਾ ਟਰੱਕਾਂ ਟਰੁੱਕਾਂ ਨਾਲ। ਬਾਕੀ ਹੋਰ ਵੀ ਸਾਰੀਆਂ ਚੀਜ਼ਾਂ ਦੀ ਪੜਤਾਲ ਜਾਰੀ ਹੈ। ਫੈਮਿਲੀ ਬੈਕਗਰਾਉਂਡ ਸਰ ਕੌਣ ਕੌਣ ਆਏ ਜੀ? ਕੌਣ ਕੌਣ ਆਏ ਕਿ ਇਕੱਲਾ ਰਹਿੰਦਾ ਸੀ? ਹਜੇ ਤੱਕ ਇਹਦੇ ਬ੍ਰਦਰ ਦੇ ਪਤਾ ਲੱਗਿਆ ਜੀ ਅਤੇ ਇਹ ਉਰੇ ਇਕੱਲਾ ਹੀ ਰਹਿੰਦਾ ਸੀਗਾ। ਇੱਥੇ ਜਿੱਥੇ ਇਹਦਾ ਮਰਡਰ ਹੋਇਆ ਉੱਥੇ ਇਕੱਲਾ ਹੀ ਰਹਿੰਦਾ ਸੀ। ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਸਰ? ਹੁਣ ਪਰਚਾ ਦਰਜ ਕਰਕੇ ਜੀ ਅਗਲੀ ਤਫਤੀਸ਼ਾਂ ਵਿੱਚ ਲਿਆਵਾਂਗੇ। ਫਿਜ਼ੀਕਲ ਐਗਜ਼ਾਮੀਨੇਸ਼ਨ 'ਚ ਕੀ ਸਟੈਬਿੰਗ ਹੈ? ਕਿੰਨੀ ਕੁ ਹੋਈ ਆ? ਵਾਹ ਉਹ ਹੁਣ ਉਹ ਤਾਂ ਸਾਰਾ ਫੋਰੈਂਸਿਕ ਐਨਾਲਿਸਿਸ ਤੋਂ ਬਾਅਦ ਹੀ ਕਲੀਅਰ ਹੋਏਗਾ ਉਹ ਸਾਰਾ ਜੋ ਹੈਗਾ। ਬਟ ਕਾਫੀ ਵਾਰ ਨੇ ਆਪਸ 'ਚ ਲੜਾਈ ਵਗੈਰਾ ਹੋਈ ਲੱਗਦੀ ਹੈ ਅਤੇ ਉਸ ਤੋਂ ਬਾਅਦ ਤੇਜ਼ਧਾਰ ਹਥਿਆਰ ਯੂਜ਼ ਕੀਤੇ ਗਏ ਨੇ। ਕੁਝ ਹਥਿਆਰ ਵਗੈਰਾ ਬਰਾਮਦ ਹੋਏ ਸਰ ਜਾਂ ਕੁਝ? ਹਜੇ ਕੁਛ ਨਹੀਂ, ਹਜੇ ਕੁਛ ਨਹੀਂ ਬਰਾਮਦ ਹੋਇਆ। ਅਸੀਂ ਜਿਹੜਾ ਹੈਗਾ ਹਜੇ ਇਨਵੈਸਟੀਗੇਟ ਕਰ ਰਹੇ ਹਾਂ। ਠੀਕ ਹੈ।